ਜਦੋਂ ਮੈਂ ਸੰਗਰੂਰ ਦੇ ਫਲਾਈਓਵਰ ਦੀ ਕੁਝ ਲੀਡਰਾਂ ਵੱਲੋਂ ਆਪਣੀ ਔਪਗਤ ਨੂੰ ਦਰਸਾਉਣ ਲਈ ਦੋ ਵਾਰੀ ਕੀਤੇ ਗਏ ਉਦਘਾਟਨ ਦੀ ਗੱਲ ਕਰ ਰਿਹਾ ਤਾਂ ਉੱਥੇ ਮੈਂ ਆਪ ਦੇ ਲੀਡਰ ਭਗਵੰਤ ਮਾਨ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। ਮੈਂ ਅੱਗੇ ਦੱਸਿਆ ਸੀ ਕਿ ਕਿਵੇਂ ਇੱਕੋ ਹੀ ਪੁਲ ਦਾ ਉਦਘਾਟਨ ਪਹਿਲਾਂ ਸਾਬਕਾ ਐਮ ਪੀ ਅਤੇ ਕਾਂਗਰਸ ਲੀਡਰ ਵਿਜੇਇੰਦਰ ਸਿੰਗਲਾ ਨੇ ਕੀਤਾ ਸੀ ਅਤੇ ਫਿਰ 10 ਦਿਨ ਬਾਅਦ ਉਸੇ ਦਾ ਦੁਬਾਰਾ ਨਵਾਂ ਪੱਥਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲਾਇਆ ਸੀ। ਦੂਜੇ ਪਾਸੇ ਭਗਵੰਤ ਮਾਨ ਨੇ ਆਪਣੇ ਐਮ ਪੀ ਲੈਡ ਫੰਡ ਵਿੱਚੋਂ ਸ਼ੇਰਪੁਰ ਪਿੰਡ 'ਚ ਇੱਕ ਸਰਕਾਰੀ ਸਕੂਲ ਦੀ ਇਮਾਰਤ ਵਾਸਤੇ 20 ਲੱਖ ਰੁਪਏ ਦਿੱਤੇ ਸਨ, ਪਰ ਉਹਨਾਂ ਨੇ ਆਪਣੇ ਨਾਂ ਤੋਂ ਪਹਿਲਾਂ ਉਹਨਾਂ ਮਜ਼ਦੂਰਾਂ ਦਾ ਨਾਂ ਲਿਖਵਾਇਆ ਜਿਨ੍ਹਾਂ ਨੇ ਇਹ ਇਮਾਰਤ ਬਣਾਈ ਸੀ। ਉਸ ਤੋਂ ਬਾਅਦ ਉਸ ਦਾ ਉਦਘਾਟਨ ਉਹਨਾਂ ਨੇ ਉੱਥੇ 10ਵੀਂ ਕਲਾਸ ਦੇ ਉਹਨਾਂ ਦੋ ਵਿਦਿਆਰਥੀਆਂ ਤੋਂ ਕਰਵਾਇਆ ਜਿਹੜੇ ਕਲਾਸ ਦੇ ਟੌਪਰ ਸਨ। ਮੇਰਾ ਖਿਆਲ ਹੈ ਕਿ ਇਹੋ ਹੀ ਸਿਸਟਮ ਬਾਕੀ ਸਾਰੀਆਂ ਥਾਵਾਂ 'ਤੇ ਵਰਤਿਆ ਜਾਣਾ ਚਾਹੀਦਾ ਹੈ, ਐਮੂਲੇਟ ਕਰਨਾ ਚਾਹੀਦਾ ਹੈ। ਸਿਆਸੀ ਲੀਡਰਾਂ ਦਾ ਨਾਂ ਨੀਂਹ ਪੱਥਰਾਂ 'ਤੇ ਜਾਂ ਉਦਘਾਟਨ ਦੀਆਂ ਤਖਤੀਆਂ 'ਤੇ ਤਾਂ ਹੀ ਲੱਗਣਾ ਚਾਹੀਦਾ ਹੈ ਜੋ ਉਹ ਆਪਣੇ ਪੱਲਿਓਂ ਇਹਨਾਂ ਕੰਮਾਂ ਵਾਸਤੇ ਪੈਸੇ ਦੇਣ। ਵੈਸੇ ਵੀ ਇਹ ਉਦਘਾਟਨਾਂ ਵਾਸਤੇ ਸਿਆਸੀ ਲੀਡਰਾਂ ਨੂੰ ਸੱਦਣ ਦਾ ਸਿਲਸਿਲਾ ਬੰਦ ਕਰਕੇ ਕਿਸੇ ਪਿੰਡ ਦੇ ਜਾਂ ਸਕੂਲ ਦੇ ਉਸ ਵਿਦਿਆਰਥੀ ਤੋਂ ਜਾਂ ਸੱਜਣ ਤੋਂ ਕਰਵਾ ਦੇਣਾ ਚਾਹੀਦਾ ਹੈ ਜਿਸ ਦਾ ਉਹ ਉਸ ਕੰਮ ਵਿੱਚ ਕੋਈ ਯੋਗਦਾਨ ਹੋਵੇ। ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ ਇਸ ਸਭ ਨਾਲ ਕਿੰਨੇ ਪੈਸੇ ਦੀ ਬੱਚਤ ਹੋਊਗੀ।